ਦੋਸਤੋ ਜਿੱਦਾਂ ਕਿ ਤੁਹਾਨੂੰ ਮਤਲਬ ਪਤਾ ਹੀ ਆ ਕਿ 22 ਜਨਵਰੀ ਨੂੰ ਰਾਮ ਮੰਦਰ ਦਾ ਉਦਘਾਟਨ ਹੋਣਾ ਆ ਅਤੇ ਉਹਦੇ ਲਈ ਨਾ ਮਤਲਬ ਰਾਮ ਮੰਦਰ ਵਿੱਚ ਬਹੁਤ ਸਾਰੇ ਚਾਵਲ ਦਾ ਪ੍ਰਸ਼ਾਦ ਆਇਆ, ਕਿੰਨੇ ਟਨਸ ਆਫ ਪ੍ਰਸ਼ਾਦ ਆਇਆ ਚਾਵਲ ਦਾ। ਅਤੇ ਉਹਨਾਂ ਨੇ ਨਾ ਜਦੋਂ ਸਰਕਾਰ ਨੇ ਨਾ ਥੋੜ੍ਹੇ ਥੋੜ੍ਹੇ ਪੈਕਟਿਆਂ ਵਿੱਚ ਚਾਵਲ ਪਾ ਕੇ ਨਾ ਹਰ ਇੱਕ ਕਿਸੇ ਦੇ ਘਰ ਭਜਵਾਏ ਹੈਗੇ ਆ ਜਾਂ ਭਿਜਵਾ ਰਹੇ ਹੈਗੇ ਆ। ਉਹ ਇਸ ਕਰਕੇ ਕਿ ਜਿੱਦਾਂ ਰਾਮ ਮੰਦਰ ਦਾ ਉਦਘਾਟਨ ਹੋਊਗਾ ਕਿ ਸਾਰੇ ਨਾ ਆਪਣੇ ਘਰੇ ਖੀਰ ਬਣਾ ਕੇ ਅਤੇ ਉਹਦੇ ਵਿੱਚ ਨਾ ਉਹ ਥੋੜ੍ਹੇ ਥੋੜ੍ਹੇ ਚਾਵਲ ਪਾ ਸਕਣ, ਕਿਉਂਕਿ ਜੇ ਸਾਰੇ ਬੰਦੇ ਰਾਮ ਮੰਦਰ ਜਾਓਗੇ ਤਾਂ ਬਹੁਤ ਜ਼ਿਆਦਾ ਇਕੱਠ ਹੋ ਜਾਊਗਾ। ਅਤੇ ਮੈਂ ਤੁਹਾਨੂੰ ਉਹ ਵਾਲੇ ਜਿਹੜੇ ਚਾਵਲ ਦਿਖਾਉਣਾ ਆ ਉਹ ਤੁਹਾਡੇ ਤੱਕ ਵੀ ਪਹੁੰਚਣਗੇ ਅਤੇ ਤੁਸੀਂ ਉਹ ਚਾਵਲ ਦੇ ਦਿਓ। ਅਰੇ ਉਹ ਪ੍ਰਸ਼ਾਦ ਜੀ ਦੀ ਮੈਂ ਗੱਲ ਕਰ ਰਿਹਾ, ਜਿਹਦੇ ਸਾਈਡ ਉੱਤੇ ਨਾ ਐਵੇਂ ਮਤਲਬ ਚਾਵਲ ਦੇ ਦਾਣੇ ਦਿੱਤੇ ਹੋਏ ਆ ਅਤੇ ਇੱਦਾਂ ਮੂਹਰੇ ਰਾਮ ਮੰਦਰ ਦੀ ਇੰਟਰਫੇਸ ਬਣਾਇਆ ਹੋਇਆ ਆ ਅਤੇ ਸਾਈਡ ਉੱਤੇ ਜੈ ਸ਼੍ਰੀ ਰਾਮ ਲਿਖਿਆ ਹੋਇਆ ਹੈ। ਅਤੇ ਇਹਦੇ ਪਿੱਛੇ ਮਤਲਬ ਲਿਖਿਆ ਹੋਇਆ ਕਿ ਉਸ ਦਿਨ ਕਿਆ ਕਿਆ ਹੋਣਾ ਆ ਅਤੇ ਤੁਸੀਂ ਕਿਆ ਕਿਆ ਕਰੋ, ਮਤਲਬ ਕਿ ਭਗਤੀ ਵਗੈਰਾ ਕਰੋ, ਇਹਦੇ ਵਿੱਚ ਉਹ ਲਿਖਿਆ ਹੋਇਆ ਆ। ਅਤੇ ਇੱਧਰ ਰਾਮ ਮੰਦਰ ਦੀ ਮਤਲਬ ਕਿਆ ਕਿਆ ਖਾਸੀਅਤ, ਕਿਆ ਡਿਮੈਂਸ਼ਨਸ ਆ, ਸਭ ਕੁਝ ਲਿਖਿਆ। ਜਿਹਨਾਂ ਜਿਹਨਾਂ ਨੂੰ ਮਿਲ ਗਿਆ ਆ ਅਤੇ ਜਿਹਨਾਂ ਜਿਹਨਾਂ ਨੂੰ ਨਹੀਂ ਮਿਲਿਆ ਉਹਨਾਂ ਨੂੰ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ, ਕਿਉਂਕਿ ਇਹ ਹਰ ਕਿਸੇ ਦੇ ਘਰ ਤੱਕ ਆਊਂਗਾ। ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਚੈਨਲ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰ ਦਿਓ ਅਤੇ ਜੈ ਸ਼੍ਰੀ ਰਾਮ।